ਪਿੱਛੇ ਜੇ ਕੁਝ ਸਿੱਖ ਜਿਨ੍ਹਾਂ ਨੇ ਕਿਰਪਾਨ ਪਾਈ ਸੀ, ਗਾਤਰਾ ਪਾਇਆ ਸੀ, ਉਹ ਇੰਡੀਆ ਅਤੇ ਜ਼ਿੰਬਾਬਵੇ ਦਾ ਵਰਲਡ ਕੱਪ ਕ੍ਰਿਕਟ ਮੈਚ ਜਿਹੜਾ ਨਿਊਜ਼ੀਲੈਂਡ 'ਚ ਹੋਇਆ ਉਹ ਦੇਖ ਨਹੀਂ ਸਕੇ। ਇਹ ਉੱਥੇ ਪਾਬੰਦੀ ਜਿਹੜੀ ਆ ਨਿਊਜ਼ੀਲੈਂਡ ਸਰਕਾਰ ਨੇ ਨਹੀਂ ਸੀ ਲਾਈ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕਿਹਾ ਕਿ ਜੇ ਕਿਸੇ ਨੇ ਇਸ ਤਰ੍ਹਾਂ ਦਾ ਕਿਰਪਾਨ ਪਾਈ ਆ ਜਾਂ ਕਿਸੇ ਕੋਈ ਇਹੋ ਜਿਹਾ ਵੈਪਨ ਕੈਰੀ ਕਰ ਰਹੇ ਆ ਉਹ ਇਹ ਮੈਚ ਨਹੀਂ ਦੇਖ ਸਕਦੇ। ਇਹ ਜਿਹੜੀ ਪਾਬੰਦੀ ਆ ਇਹ ਬਹੁਤ ਮੰਦਭਾਗੀ ਆ, ਔਰ ਮੇਰੇ ਖਿਆਲ ਭਾਰਤ ਸਰਕਾਰ ਨੂੰ ਚਾਹੀਦਾ ਵਾ ਕਿ ਇਹ ਨਿਊਜ਼ੀਲੈਂਡ ਸਰਕਾਰ ਨੂੰ ਕਹਿਣ ਕਿ ਉਹ ICC ਨੂੰ ਕਹਿ ਕੇ ਇਹ ਪਾਬੰਦੀ ਜਿਹੜੀ ਆ ਇਹ ਚੁਕਾਉਣ। ਇੰਡੀਆ ਦੇ ਵਿੱਚ ਸੰਵਿਧਾਨ ਦੇ ਤਹਿਤ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਮਿਲੀ ਆ। ਸੋ ਇੰਡੀਆ ਦੇ ਵਿੱਚ ਕੀ ICC ਵਰਗੀ ਕੋਈ ਜਿਹੜੀ ਬਾਡੀ ਆ ਉਹ ਇਹੋ ਜਿਹੀ ਪਾਬੰਦੀ ਮੈਚਾਂ ਦੇ ਵਿੱਚ ਲਾ ਸਕਦੀ ਹੈ? ਜੇ ਇੰਡੀਆ 'ਚ ਪਾਬੰਦੀ ਨਹੀਂ ਲੱਗ ਸਕਦੀ ਤਾਂ ਫਿਰ ਨਿਊਜ਼ੀਲੈਂਡ ਦੇ ਵਿੱਚ ਕਿਉਂ? ICC ਠੀਕ ਹੈ, ਉਹ ਇੱਕ ਇੰਡੀਪੈਂਡੈਂਟ ਬਾਡੀ ਆ, ਪਰ ਉਹ ਕਿਸੇ ਵੀ ਮੁਲਕ ਦੇ ਜਿਹੜੇ ਰੂਲਸ ਆ, ਲਾਜ਼ ਆ, ਸਿਕਿਉਰਿਟੀ ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਓਵਰ ਰੂਲ ਕਰਕੇ ਆਪਣੀਆਂ ਰਿਸਟ੍ਰਿਕਸ਼ਨਸ ਨਹੀਂ ਲਾ ਸਕਦੀ। ਇਹ ਗੱਲ ਜਿਹੜੀ ਆ ਬਹੁਤ ਮੰਦਭਾਗੀ ਆ। ਵੈਸੇ ਵੀ ਇਹ ਬੜੀ ਅਫਸੋਸ ਦੀ ਗੱਲ ਆ ਕਿ ਜਿਹੜੇ ਸਿੱਖ ਰਿਲੀਜੀਅਸ ਸਿੰਬਲਸ ਆ ਉਹਨਾਂ 'ਤੇ ਇੱਕ ਇੱਕ ਕਰਕੇ ਕੋਈ ਨਾ ਕੋਈ ਵਾਦ ਵਿਵਾਦ ਉੱਠ ਰਿਹਾ ਵਾ। ਅਸੀਂ ਸਮਝ ਸਕਦੇ ਹਾਂ ਕਿ ਏਅਰਕ੍ਰਾਫਟ ਦੇ ਵਿੱਚ ਕਿਰਪਾਨ 'ਤੇ ਸਿਕਿਉਰਿਟੀ ਰੀਜ਼ਨਸ ਕਰਕੇ ਪਾਬੰਦੀ ਲੱਗ ਸਕਦੀ ਹੈ, ਪਰ ਮੈਚਿਸ ਦੇ ਵਿੱਚ ਇਹੋ ਜਿਹੀ ਪਾਬੰਦੀ ਇਹਦਾ ਕੋਈ ਮਾਇਨਾ ਨਹੀਂ। ਅੱਗੇ ਪਿੱਛੇ ਜੇ ਅਸੀਂ ਸੁਣਿਆ ਸੀ ਕਿ ਬਾਸਕਟਬਾਲ ਫੈਡਰੇਸ਼ਨ ਨੇ ਜਿਹੜੇ ਸਿੱਖ ਪਲੇਅਰ ਪਟਕਾ ਪਾ ਕੇ ਬਾਸਕਟਬਾਲ ਖੇਲਦੇ ਆ ਉਹਨਾਂ 'ਤੇ ਪਾਬੰਦੀ ਲਾਤੀ ਸੀ ਕਿ ਆਫਟਰਆਲ ਜੇ ਕਿਸੇ ਨੇ ਪਟਕਾ ਪਾਇਆ ਵਾ ਉਹ ਕਿਸੇ ਦਾ ਕੀ ਨੁਕਸਾਨ ਕਰ ਸਕਦਾ ਵਾ। ਬਹੁਤ ਸਾਰੇ ਇਹੋ ਜਿਹੇ ਪਲੇਅਰ ਆ ਜਿਹੜੇ ਪਟਕਾ ਪਾ ਕੇ, ਪਗੜੀ ਪਾ ਕੇ ਜਾਂ ਕਿਰਪਾਨ ਪਾ ਕੇ ਖੇਡਦੇ ਆ, ਔਰ ਇੰਡੀਵਿਜੁਅਲ ਸਪੋਰਟਸ ਆ, ਜਿਵੇਂ ਕੋਈ ਰੇਸ ਕਰਦਾ ਵਾ ਜਾਂ ਕੋਈ ਹਾਈ ਜੰਪ ਜਾਂ ਲੌਂਗ ਜੰਪ ਕਰਦਾ, ਉਹ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਹੀ ਨਹੀਂ ਸਕਦਾ ਕਿਉਂਕਿ ਉਹਦਾ ਕਿਸੇ ਨਾਲ ਉਹਦਾ ਕੋਈ ਟੱਚ ਵੀ ਨਹੀਂ ਕਰਦਾ ਇੱਕ ਦੂਸਰੇ ਨੂੰ। ਸੋ ਇਸ ਕਰਕੇ ਇਹੋ ਜਿਹੀਆਂ ਪਾਬੰਦੀਆਂ ਜਿਹੜੀਆਂ ਵਾ ਇਹ ਬਿਲਕੁਲ ਕੋਈ ਮਾਇਨਾ ਨਹੀਂ ਰੱਖਦੀਆਂ, ਔਰ ਇਹ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਵਾ। ਇਨਫੈਕਟ ਪਹਿਲਾਂ ਤਾਂ SGPC ਔਰ ਪੰਜਾਬ ਸਰਕਾਰ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਨਾਲ ਇਸ਼ੂਜ਼ ਟੇਕਅਪ ਕਰੇ, ਔਰ ਫਿਰ ਗਵਰਨਮੈਂਟ ਆਫ ਇੰਡੀਆ ਸੰਵਿਧਾਨ ਮੁਤਾਬਿਕ ਇਹ ਇਸ਼ੂਜ਼ ਬਾਕੀ ਕੰਟਰੀਜ਼ ਨਾਲ ਟੇਕਅਪ ਕਰੇ। ਕਈ ਕੰਟਰੀਜ਼ ਨੇ ਉੱਥੇ ਆਪਣੇ ਰੂਲਸ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਾਉਣ ਦਿੱਤੇ, ਕੋਈ ਨਾ ਕੋਈ ਆਪਣੇ ਰੂਲਸ ਅਮੈਂਡਮੈਂਟਸ ਵੀ ਕੀਤੀਆਂ ਵਾ। ਐਟ ਦੀ ਸੇਮ ਟਾਈਮ ਮੇਰੇ ਖਿਆਲ ਸਾਡੀ SGPC ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਵਾ ਵੀ ਉਹ ਵੀ ਇਹਨਾਂ ਜਿਹੜੇ ਮਸਲੇ ਇਹਨਾਂ ਦੇ ਵਿਚਾਰ ਕਰੇ, ਕੁਝ ਨਾ ਕੁਝ ਰਿਲੈਕਸੇਸ਼ਨ, ਜਿਵੇਂ ਸਪੈਸ਼ਲੀ ਏਅਰਕ੍ਰਾਫਟ ਟਰੈਵਲ ਵੇਲੇ ਕਿਰਪਾਨ ਪਾਉਣ ਦੀ ਰਿਲੈਕਸੇਸ਼ਨ ਜਿਹੜੀ ਆ ਇਹ ਉਸ ਲੈਵਲ ਤੋਂ ਆਉਣੀ ਚਾਹੀਦੀ ਹੈ। ਇਹ ਜਿਹੜੇ ਰਿਲੀਜੀਅਸ ਸਿੰਬਲਸ ਆ ਇਹ ਇੱਕ ਬੰਦੇ ਦੀ ਕਮਿਊਨਿਟੀ ਧਰਮ ਦੀ ਹੋਂਦ ਹੁੰਦੇ ਆ, ਐਂਡ ਇਹ ਉਹਨਾਂ ਇਟਸ ਅ ਮੈਟਰ ਆਫ ਪ੍ਰਾਈਡ, ਬੰਦੇ ਨੂੰ ਇਸ ਦੇ ਉੱਤੇ ਬਹੁਤ ਮਾਣ ਹੁੰਦਾ ਵਾ, ਔਰ ਇਹ ਕਿਸੇ ਵੀ ਵਾਦ ਵਿਵਾਦ ਦਾ ਹਿੱਸਾ ਜਾਂ ਇਹਦੇ ਕਰਕੇ ਕੋਈ ਤਲਖੀ ਆਵੇ ਇਹ ਮੇਰੇ ਖਿਆਲ ਸਹੀ ਗੱਲ ਨਹੀਂ।